ਫਾਜ਼ਿਲਕਾ 'ਚ ਸਾਹਮਣੇ ਆਈਆਂ ਤਸਵੀਰਾਂ ਨਾਲ ਤੁਹਾਡੀ ਰੂਹ ਕੰਬ ਜਾਵੇਗੀ। ਕੋਰੋਨਾ ਮਹਾਮਾਰੀ ਦੇ ਇਸ ਸਮੇਂ ਵਿੱਚ ਭੁੱਖ ਨਾਲ ਤੜਫ ਰਹੀ ਮਹਿਲਾ ਨੇ ਚੁੱਕਿਆ ਇਹ ਕਦਮ। ਇਸ ਮਹਿਲਾ ਨੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਤੇ ਪਈ ਸਬਜ਼ੀ ਦੇ ਛਿਲਕਿਆਂ ਨੂੰ ਕੂੜੇ ਦੀ ਅੱਗ ਤੇ ਪਕਾ ਕੇ ਖਾਂਦੀ ਨਜ਼ਰ ਆਈ, ਜਿਸ ਦੀ ਮਦਦ ਇੱਕ ਸਹਿਯੋਗੀ ਵੱਲੋਂ ਕੀਤੀ ਗਈ। ਉੱਥੇ ਹੀ ਇੱਕ ਸੱਜਣ ਵੱਲੋਂ ਖਾਣਾ ਵੀ ਦਿੱਤਾ ਗਿਆ। ਇਸ ਮੌਕੇ ਤੇ ਸੰਦੀਪ ਸ਼ਰਮਾ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਇਹ ਮਹਿਲਾ ਸੜਕ ਕਿਨਾਰੇ ਲੱਗੇ ਗੰਦਗੀ ਦੇ ਢੇਰ ਤੇ ਛਿਲਕਿਆਂ ਨੂੰ ਖਾ ਰਹੀ ਸੀ, ਜਿਸ ਕਰਕੇ ਉਸ ਨੂੰ ਬਾਅਦ ਵਿੱਚ ਰੋਟੀ ਖਵਾ ਕੇ ਮਨੁੱਖਤਾ ਦਾ ਫਰਜ਼ ਨਿਭਾਇਆ ਹੈ। ਗੁਜ਼ਾਰੀ ਬੈਠੀ ਕੂੜੇ ਦਾ ਪਕਾਈ ਜਾਂਦੀ ਸੀ, ਮੈਂ ਪੁੱਛਿਆ ਵੀ ਰੋਟੀ ਚਾਹੀਦੀ, ਕਹਿੰਦੀ ਭੁੱਖ ਲੱਗੀ, ਮੈਂ ਰੋਟੀ ਬਣਵਾ ਕੇ ਅੰਦਰ ਲਿਆ ਕੇ ਰੋਟੀ ਖਵਾ ਰਿਹਾ। ਅਤੇ ਆਪਾਂ ਤਾਂ ਇਹ ਕਹਿੰਦੇ ਪਰਮਾਤਮਾ ਸਭ ਦਾ ਭਲਾ ਕਰੇ, ਇਹਨਾਂ ਦੀ ਸੇਵਾ ਕਰਦੇ ਰਹੋ, ਇਹ ਫਲ ਲੈ, ਇਸ ਬਿਮਾਰੀ ਤੋਂ ਪਰਮਾਤਮਾ ਆਪਾਂ ਨੂੰ ਸਾਰਿਆਂ ਨੂੰ ਇਹੀ ਬਚਾਵੇਗੇ। ਅਤੇ ਇਸ ਕਰਕੇ ਆਪਣਾ ਧਰਮ ਬਣਦਾ ਸਾਰਿਆਂ ਦਾ, ਕੋਈ ਭੁੱਖਾ ਵੇਖੇ ਤਾਂ ਉਹਦਾ ਪੇਟ ਭਰੀਏ, ਆਪਾਂ ਤਾਂ ਸਾਰੇ ਖਾ ਕੇ ਸੁਣਨੇ ਹਾਂ। ਅਤੇ ਇਸ ਕਰਕੇ ਆਤਮਾ ਦੁਖਦੀ ਹੈ, ਇਸ ਕਰਕੇ ਇਹਨੂੰ ਬਈ ਰੋਟੀ ਦਾ ਭੋਗ ਲਵਾਇਆ ਵੀ ਖਾ ਲਿਆ, ਵਿਚਾਰੀ ਭੁੱਖੀ ਦੀ ਆਤਮਾ ਭਰਦਾ, ਇਹਦੀ ਅਸੀਸ ਹੀ ਆਪਾਂ ਨੂੰ ਕੰਮ ਦੇਗੀ। ਇਹੀ ਹੈ ਦੁਆ ਹੈ ਪਰਮਾਤਮਾ ਦੀ। ਕਿਸ ਹਾਲਾਤਾਂ 'ਚ ਬੈਠੀ ਹੈ? ਵਿਚਾਰੀ ਬੈਠੀ ਬਸ ਕੂੜੇ 'ਤੇ, ਵਿਚਾਰੀ ਸੋਚ ਸਮਝ ਹੈ ਨਹੀਂ ਕੋਈ, ਆਪਦੀ ਕੂੜਾ ਕੋਈ ਸਬਜ਼ੀ ਇਕੱਠੀ ਇੱਥੇ ਅੱਗ ਬਲਦੀ ਵੀ ਹੁੰਦੇ ਤਾਂ ਬੈਠੀ ਆਪਦੀ ਚੁੰਨੀ 'ਚ ਪਕਾਈ ਜਾਂਦੀ, ਖਾਧੀ ਜਾਂਦੀ, ਕੱਚਾ ਪੱਕਾ ਇਹਨੂੰ ਗੰਦ ਦਾ ਕੋਈ ਕਿਸ ਚੀਜ਼ ਦਾ ਕੁਝ ਨਹੀਂ ਪਤਾ ਵਿਚਾਰੀ। ਇਸ ਕਰਕੇ ਪਰਮਾਤਮਾ ਭੁੱਖ ਲੱਗੀ, ਰੋਟੀ ਦਿੱਤੀ ਬਣਾ ਕੇ, ਪਰਮਾਤਮਾ ਸਭ ਦਾ ਭਲਾ ਕਰੇ। ਬਸ ਪ੍ਰਸ਼ਾਸਨ ਵੀ ਆਪਦੀ ਥਾਂ 'ਤੇ ਕੁਛ ਸਹੀ ਵੀ ਕਰ ਰਿਹਾ, ਇਹੋ ਜਿਹੀ ਗੱਲ ਨਹੀਂ, ਸਾਰਾ ਕੁਛ ਕਰ ਰਿਹਾ ਪ੍ਰਸ਼ਾਸਨ। ਕੁਛ ਲੋਕ ਆਪਾਂ ਪ੍ਰਸ਼ਾਸਨ ਦਾ ਸਾਥ ਦਈਏ ਤਾਂ ਸਾਰਾ ਉਹਦੇ ਨਾਲ ਹੀ ਹੱਲ ਹੁੰਦਾ, ਨੀਰਾ ਪ੍ਰਸ਼ਾਸਨ ਵਿਚਾਰਾ ਆਪਣੇ ਨਾਲ ਹੀ ਹੈ, ਇੰਨੀ ਜੋ ਡਿਊਟੀਆਂ, ਇੰਨੀ ਦੁੱਖ 'ਤੇ ਵਿਚਾਰੇ ਨਰਸਾਂ ਹੈ, ਪੰਜਾਬ ਦੇ ਡਾਕਟਰ ਨੇ, ਪੰਜਾਬ ਪੁਲਿਸ ਹੈ, ਹੋਰ ਜਿਹੜੀ ਸਭ ਦਾ ਦੇ ਰਹੀਆਂ ਨੇ, ਉਹ ਆਪਾਂ ਜੇ ਉਹਨਾਂ ਦਾ ਸਾਥ ਦਿਆਂਗੇ ਤਾਂ ਆਪਣੇ ਉਹਨਾਂ ਦਾ ਹੌਸਲਾ ਵਧਿਆ, ਅਤੇ ਆਪਣੇ ਨਾਲ ਉਹ ਕੰਮ ਆਪਣੀ ਸੇਵਾ ਕਰ ਰਹੇ ਨੇ ਵਿਚਾਰੇ, ਆਪਣਾ ਅੱਕੇ ਹੀ ਬੰਦਾ, ਆਪਾਂ ਸੇਵਾ ਕਰੀਏ, ਉਹਨਾਂ ਦਾ ਸਾਥ ਦਈਏ ਤਾਂ ਆਪਣੀ ਸੇਵਾ ਕਰ ਰਹੇ ਨੇ ਬਿਮਾਰੀ ਤੋਂ ਬਚਾਉਣ। ਅੱਛਾ, ਕੀ ਬਣਾ ਰਹੇ ਹੋ? ਖਾਣਾ ਖਾ ਰਹੀ ਹੈ? ਖਾਣਾ ਮਿਲਾ ਨਹੀਂ ਕਹੀਂ ਸੇ? ਹੈਂ, ਕਿਸੇ ਨੇ ਦਿਆ ਨਹੀਂ? ਤੋ ਅਬ ਕਹਾਂ ਸੇ ਖਾ ਰਹੇ ਹੋ? ਉਠਾ ਕੇ ਗੰਦਗੀ ਮੇਂ ਸੇ? ਕਿਆ ਮਿਲਾ ਖਾਣੇ ਕੋ ਇਧਰ?